ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ ਲਾਲ ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਆਪਣੇ ਮੁਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸਦੀ ਐਕਟਿਵਾ ਨੂੰ ਰੋਕ ਕੇ ਦੋ ਮੋਨੇ ਨੌਜਵਾਨ ਐਕਟਿਵਾ 'ਤੇ ਆਉਂਦੇ ਹਨ ਅਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਅਤੇ ਇੱਕ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਸਾਡੇ SHO ਸਦਰ ਅਤੇ ਚੌਂਕੀ ਇੰਚਾਰਜ ਵਿਜੇਨਗਰ ਤੁਰੰਤ ਮੌਕੇ ਦਾ ਸੰਗਿਆਨ ਲੈਂਦੇ ਨੇ ਅਤੇ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379(b)(2)(34) IPC ਅਤੇ 25(27) ਆਮ ਜੱਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਜਾਂਦਾ ਵਾ। ਜਦੋਂ ਸਾਡੀ SHO ਸਦਰ ਅਤੇ ਚੌਂਕੀ ਇੰਚਾਰਜ ਵਿਜੇਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਿਵਾ 'ਤੇ ਸਵਾਰ ਹੋ ਕੇ ਦੋਸ਼ੀ ਆਏ ਸਨ ਉਸ ਐਕਟਿਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਿਵਾ ਦਾ ਨੰਬਰ ਜੋ ਸਾਨੂੰ ਟਰੇਸ ਹੋਇਆ PB02CS 6205। ਜਦੋਂ ਅਸੀਂ ਇਸ ਦਾ ਜੋ ਐਕਟਿਵਾ ਦਾ ਮਾਲਕ ਸੀਗਾ ਰਾਜਾ ਸੰਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ, ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕੱਦਮਾ ਟਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਿਵਾ ਕੁਛ ਦਿਨ ਪਹਿਲਾਂ ਵਾਰਦਾਤ ਤੋਂ 10-15 ਦਿਨ ਪਹਿਲਾਂ ਕੰਬੋ ਥਾਣੇ ਦੇ ਏਰੀਏ ਦੇ ਵਿੱਚ ਔਲਰੇਡੀ ਖੋਹ ਹੋ ਚੁੱਕੀ ਹੈ ਅਤੇ ਜੋ ਐਕਟਿਵਾ ਖੋਹ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ CCTV ਫੁਟੇਜ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫੋਲੋ ਕੀਤਾ ਉਸ ਦਾ ਮੁਕੱਦਮਾ ਜੋ ਕਿ ਕੰਬੋ ਥਾਣੇ ਵਿਖੇ ਦਰਜ ਹੈ। ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਏਰੀਏ ਵਿੱਚ ਐਕਟਿਵਾ ਖੋਹੀ ਗਈ ਤਾਂ ਇਹ ਐਕਟਿਵਾ XUV ਗੱਡੀ ਜੋ ਕਿ ਦਿੱਲੀ ਨੰਬਰ ਗੱਡੀ ਸੀ, ਇਹ ਗੱਡੀ ਜਦੋਂ ਅਸੀਂ ਨੰਬਰ ਰੇਡ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ। ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ US ਤੋਂ ਡਿਪੋਰਟ ਹੋ ਕੇ ਆਇਆ ਸੀ ਅਤੇ ਹੁਣ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਵਿਖੇ ਰਹਿ ਰਿਹਾ ਸੀ। ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਉਹ, ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਿਆ ਕਿ ਨਸ਼ੇ ਦਾ ਆਦੀ ਹੈ ਅਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛਗਿੱਛ ਕੀਤੀ ਤਾਂ ਪਹਿਲੀ ਵਾਰ 'ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਿਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਅਤੇ ਉਸ ਵਿੱਚ ਉਹੀ ਸ਼ੁਮਾਰ ਸੀ। ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਉਹ ਐਕਟਿਵਾ ਖੋਹ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨ ਐਕਟਿਵਾ ਖੋਹ ਕਰਨ ਦੇ ਵਿੱਚ, ਜਿਸ ਵਿੱਚ ਪਹਿਲਾ ਦੋਸ਼ੀ ਬੌਬੀ ਪੁੱਤਰ ਜੋਨਸ ਜੋ ਕਿ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ, ਦੂਸਰਾ ਦੋਸ਼ੀ ਵਿਸ਼ਾਲ ਔਰ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ੍ਹ ਚੂੜੀਆਂ ਦਾ ਵਾ। ਇਹਨਾਂ ਦੋਨਾਂ ਦੋਸ਼ੀ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ 'ਚ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਜੋ ਕਿ ਰਾਜਾ ਸੰਸੀ ਦੇ ਇੱਕ ਮਾਲਕ ਤੋਂ ਖੋਹੀ ਸੀ ਉਹ ਐਕਟਿਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ। ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਅਤੇ ਇੱਕ ਸ਼ਾਪ ਖੋਹ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ 2 ਤੋਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਹਾਂ ਅਤੇ ਜਿਸ ਪਿਸਟਲ ਦੀ ਨੋਕ 'ਤੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਵਾ। ਉਹ ਪਿਸਟਲ ਇੱਕ ਲਾਈਟਰ ਖਿਡੌਣਾ ਪਿਸਟਲ ਨਿਕਲਿਆ ਵਾ, ਬਟ ਜਦੋਂ ਅਸੀਂ ਸਹੁਰਾ ਜੋ ਗਰੋਹ ਕੰਮ ਕਰ ਰਿਹਾ ਸੀਗਾ ਇਸ ਗਰੋਹ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਹੀ ਘੱਟੋ ਘੱਟ 5 ਤੋਂ 7 ਮੁਕੱਦਮੇ ਟਰੇਸ ਹੋ ਚੁੱਕੇ ਹਨ, ਜਿਸ ਵਿੱਚ ਮੁੱਖ ਤੌਰ 'ਤੇ ਇਹਨਾਂ ਨੇ ਮਰੀਠਾ ਰੋਡ ਥਾਣੇ ਵਿਖੇ ਜਦੋਂ ਜੋ ਪਤੀ ਪਤਨੀ ਆਪਣੇ ਘਰ ਨੂੰ ਆ ਰਹੇ ਸਨ ਤਾਂ ਇਹਨਾਂ ਨੇ ਬੜੇ ਬੁਰੇ ਤਰੀਕੇ ਨਾਲ 3 ਨੌਜਵਾਨਾਂ ਨੇ ਉਸ ਦਾ ਰਸਤਾ ਰੋਕਿਆ, ਉਹਨਾਂ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਮੁੱਕੀ ਕੀਤੀ ਅਤੇ ਉਹਨਾਂ ਕੋਲੋਂ 4 ਮੁੰਦਰੀਆਂ ਖੋਹ ਕੇ ਲੈ ਗਏ ਸੀ, ਜਿਸ ਵਿੱਚ ਜੋ ਇਹਨਾਂ ਦਾ ਤੀਸਰਾ ਦੋਸ਼ੀ ਹੈ ਜਿਸਦਾ ਨਾਮ ਜਾਜਾ ਮਕਬੂਲਪੁਰੇ ਦਾ ਰਹਿਣ ਵਾਲਾ ਵਾ ਉਸਨੂੰ ਅਸੀਂ ਅਰੈਸਟ ਕਰਕੇ ਮਜੀਠਾ ਰੋਡ ਥਾਣੇ ਵਿਖੇ ਉਸਨੂੰ ਅਰੈਸਟ ਕਰ ਲਿਆ ਵਾ ਕਿਉਂਕਿ ਉਹ ਇਸ ਮੁਕੱਦਮੇ ਦੇ ਵਿੱਚ ਵਾਂਟਡ ਨਹੀਂ ਸੀ। ਇਸ ਤੋਂ ਇਲਾਵਾ ਇਹਨਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਜ਼ੁਰਗ ਆਦਮੀ ਜੋ ਕਿ ਰਣਜੀਤ ਐਵਨਿਊ ਥਾਣੇ 'ਚ ITA ਪਾਰਕ ਦੇ ਨਜ਼ਦੀਕ ਜਾ ਰਿਹਾ ਸੀ ਤਾਂ 3 ਨੌਜਵਾਨ ਆਉਂਦੇ ਹਨ ਅਤੇ ਉਹ ਨੌਜਵਾਨ ਉਸ 'ਤੇ ਵਾਰ ਵੀ ਕਰਦੇ ਹਨ ਅਤੇ ਉਸ ਕੋਲੋਂ ਡਾਇਮੰਡ ਦੀ ਰਿੰਗ ਖੋਹ ਕੇ ਭੱਜ ਜਾਂਦੇ ਹਨ, ਜੋ ਮੁਕੱਦਮਾ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ। ਚੌਥਾ ਮੁਕੱਦਮਾ ਇਹਨਾਂ ਨੇ ਸਿਵਲ ਲਾਈਨ ਥਾਣੇ ਵਿਖੇ ਇੱਕ ਨੌਜਵਾਨ ਤੋਂ ਚੈਨ ਖੋਹ ਕੀਤੀ ਸੀ।
ਜੋ ਕਿ ਇਹ ਸਾਰੇ ਮੁਕੱਦਮੇ ਨੇ ਇਹਨਾਂ ਵਿੱਚ ਇਹਨਾਂ ਨੇ ਸੇਮ ਐਕਟਿਵਾ ਜੋ ਕਿ ਤੁਹਾਨੂੰ ਦੱਸਿਆ 605 ਨੰਬਰ ਐਕਟਿਵਾ ਵਰਤੇ ਸੀ। ਇਹ ਦੋਸ਼ੀ ਜੀ ਬਹੁਤ ਜ਼ਿਆਦਾ ਸ਼ਾਤਰ ਕਿਸਮ ਦੇ ਸਨ। ਇਹਨਾਂ ਨੇ ਐਕਟਿਵਾ ਖੋਹ ਕੇ ਉਸੇ ਨੰਬਰ ਦੀ ਐਕਟਿਵਾ ਨੂੰ ਯੂਜ਼ ਕੀਤਾ ਤਾਂ ਕਿ ਪੁਲਿਸ ਜਦੋਂ ਵੀ ਕੈਮਰਿਆਂ ਦੇ ਵਿੱਚ ਨੰਬਰ ਭਰੇ ਤਾਂ ਉਸਦੇ ਅਸਲ ਮਾਲਕ ਰਾਜਾਸੰਸੀ ਤੱਕ ਪਹੁੰਚ ਕਰੇ ਅਤੇ ਉਸ ਮਾਲਕ ਨੂੰ ਇਸ ਬਾਰੇ ਪੁੱਛਗਿੱਛ ਕਰੇ, ਬਟ ਉਹ ਆਲਰੇਡੀ ਐਕਟਿਵਾ ਖੋਹ ਕਰ ਚੁੱਕੇ ਸੀ। ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਇਸ ਦੇ ਜੋ ਸਾਰੇ ਮੁੱਖ ਦੋਸ਼ੀ ਸਨ, ਸਾਰਾ ਇਹ ਗਰੋਹ ਸੀ 4 ਜਣਿਆਂ ਦਾ, XUV ਦਾ ਮਾਲਕ ਅਤੇ 3 ਜਣੇ ਜਿਹੜੇ ਬਾਕੀ ਦੋਸ਼ੀ ਜੋ ਅਸਲ ਵਿੱਚ ਆ ਕੇ ਖੋਹ ਕਰਦੇ ਸਨ, ਚਾਰਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਹੈ। ਉਹਨਾਂ ਕੋਲੋਂ ਇਸ ਵਾਰਦਾਤ ਵਿੱਚ ਜੋ ਸੋਨੇ ਦੀ ਖੋਹ ਕੀਤੀ ਉਹ ਵੀ ਬਰਾਮਦ ਕੀਤਾ ਅਤੇ ਲਾਈਟਰ ਪਿਸਟਲ ਬਰਾਮਦ ਕਰਕੇ ਇੱਕ ਬਹੁਤ ਵੱਡੀ ਵਾਰਦਾਤ ਦਾ ਟਰੇਸ ਕੀਤਾ ਵਾ, ਅਤੇ ਇਸ ਨਾਲ ਕਾਫੀ ਜੋ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੈ ਉਸ ਨੂੰ ਵੀ ਠੱਲ ਪਊਗੀ। ਜਿਹੜੀ ਇਹਨਾਂ ਨੇ ਡਾਇਮੰਡ ਤੁਸੀਂ ਕਹਿੰਦੇ ਮੁੰਦਰੀ ਜਿਹੜੇ ਬਜ਼ੁਰਗ ਲਈ ਸੀ ਉਹ ਵੀ ਬਰਾਮਦ ਹੋਈ ਹੈ ਜੀ? ਜੋ ਮੁੰਦਰੀ ਇਹਨਾਂ ਨੇ ਰਣਜੀਤ ਐਵਨਿਊ ਵਿਖੇ ਖੋਹ ਕੀਤੀ ਸੀ, ਉਸਦਾ ਜੋ ਮੁੱਖ ਦੋਸ਼ੀ ਸੀ ਚੰਦ, ਜੋ ਕਿ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਸੀ, ਉਹ ਕੁਛ ਦਿਨਾਂ ਬਾਅਦ ਹੀ ਅਰੈਸਟ ਹੋ ਗਿਆ ਸੀ। ਪਰ ਉਸਦੀ ਪੁੱਛਗਿੱਛ ਅਤੇ ਉਸ ਤੋਂ ਬਾਅਦ ਜੋ ਦੋਨੋਂ ਦੋਸ਼ੀ ਨੇ ਜੋ ਇਸ ਮੁਕੱਦਮੇ ਵਿੱਚ ਫੜੇ ਗਏ ਨੇ ਹੁਣ, ਇੱਕ ਵਿਸ਼ਾਲ ਪ੍ਰਿੰਸ, ਦੂਸਰਾ ਬੌਬੀ, ਇਹ ਦੋਨਾਂ ਦਾ ਉਹਨੇ ਨਾਮ ਲਿਆ ਸੀ ਕਿ ਇਹਨਾਂ ਦੋਨਾਂ ਨੇ ਉਹ ਰਿੰਗ ਕਿਸੇ ਅੱਗੇ ਸੁਨਿਆਰੇ ਨੂੰ ਵੇਚੀ ਹੈ। ਸੋ ਅਸੀਂ ਹੁਣ ਰਣਜੀਤ ਐਵਨਿਊ ਵਾਲੇ ਥਾਣੇ ਦੇ ਮੁਕੱਦਮੇ ਵਿੱਚ ਅਸੀਂ ਇਹਨਾਂ ਦੋਨਾਂ ਨੂੰ ਹੁਣੇ ਨੋਮੀਨੇਟ ਆਲਰੇਡੀ ਹੋਏ ਹੋਏ ਇਹਨਾਂ ਨੂੰ ਪ੍ਰੋਡਕਸ਼ਨ ਮੰਡ 'ਤੇ ਲੈ ਕੇ ਜਾਵਾਂਗੇ ਅਤੇ ਉਹ ਰਿੰਗ ਵੀ ਇਸ ਕੋਲੋਂ ਰਿਕਵਰ ਕਰਾਂਗੇ। ਜੋ ਇਹ ਮੰਨ ਰਹੇ ਨੇ ਸਾਨੂੰ ਧਿਆਨ ਵਿੱਚ ਆ ਗਿਆ ਕਿਸ ਕੋਲ ਰਿੰਗ ਹੈ। ਟੋਟਲ ਕਿੰਨੇ ਬੰਦਿਆਂ ਦਾ ਗੈਂਗ ਹੈ? ਇਹ ਟੋਟਲ ਜੀ ਹੁਣ ਤੱਕ 4 ਬੰਦਿਆਂ ਦਾ ਨਾਮ ਸਾਹਮਣੇ ਆਇਆ, ਹਜੇ ਇਹਨਾਂ ਦਾ ਜੀ 2 ਦਿਨ ਦਾ ਰਿਮਾਂਡ ਲੈ ਕੇ ਡਿਟੇਲ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ 4 ਬੰਦੇ ਸਾਹਮਣੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਾਫੀ ਨਾਮ ਸਾਹਮਣੇ ਆ ਸਕਦੇ ਨੇ, ਕਿਉਂਕਿ ਜਿਸ ਹੱਦ ਤੱਕ ਇਹ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਪੂਰੀ ਗਦਰ ਮਚਾਈ ਹੋਈ ਸੀ, ਕਿਸੇ ਜਗ੍ਹਾ 'ਤੇ ਸੋਨੇ ਦੀ ਖੋ, ਕਿਸੇ ਜਗ੍ਹਾ 'ਤੇ ਮੁੰਦਰੀ ਦੀ, ਕਿਸੇ ਜਗ੍ਹਾ 'ਤੇ ਡਾਇਮੰਡ ਦੀ, ਸੋ ਮੈਨੂੰ ਲੱਗਦਾ ਕਿ ਹੋਰ ਵੀ ਕਾਫੀ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ। ਜਦੋਂ ਇਹਨਾਂ ਵੱਲੋਂ ਕਿਸੇ ਵੀ ਜਗ੍ਹਾ 'ਤੇ ਲੁੱਟ ਕੀਤੀ ਗਈ, ਕੋਈ ਗੰਭੀਰ ਰੂਪ ਦੇ ਵਿੱਚ ਇੰਜਰਡ ਹੋਇਆ? ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬਜ਼ੁਰਗ ਸੀਗਾ ਉਹ ਲਹੂ ਲਵਾਨ ਹੋ ਗਿਆ ਸੀ ਰਣਜੀਤ ਐਵਨਿਊ ਵਿਖੇ। ਇਸ ਤੋਂ ਇਲਾਵਾ ਜੋ ਪਤੀ ਪਤਨੀ ਮਜੀਠਾ ਰੋਡ 'ਤੇ ਇਹਨਾਂ ਨੇ ਗੁਰਦੁਆਰੇ ਦੇ ਸਾਹਮਣੇ ਖੋਹ ਕੀਤੀ ਹੈ, ਉੱਥੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਵੀ ਕੀਤੀ ਹੈ, ਮੋਟਰਸਾਈਕਲ ਸੈੱਟ ਲਿਆ, ਔਰ ਉਸਦੀ ਵੀਡੀਓ ਵੀ CCTV ਫੁਟੇਜ ਵੀ ਸਾਹਮਣੇ ਆਈ ਹੈ, ਉਹ ਵੀ ਤੁਹਾਨੂੰ ਪੇਸ਼ ਕਰਾਂਗੇ। ਸੋ ਇਹਨਾਂ ਨੇ ਬੜੇ ਵਾਇਲੈਂਟ ਤਰੀਕੇ ਦੇ ਨਾਲ ਇਹ ਕ੍ਰਾਈਮ ਕਰਦੇ ਸਨ ਅਤੇ ਜਿਸ ਨਾਲ ਜਾਨ ਮਾਲ ਤੱਕ ਦਾ ਵੀ ਖਤਰਾ ਹੁੰਦਾ ਸੀ, ਜਿਸ ਕਰਕੇ ਇਹਨਾਂ ਦੇ ਖਿਲਾਫ 379B2 ਲਗਾਈ ਗਈ ਹੈ, ਜਿਸ ਵਿੱਚ ਤੁਸੀਂ ਕਿਸੇ ਨੂੰ ਜਾਨ ਦੇ ਖਤਰੇ ਵਿੱਚ ਪਾ ਕੇ ਉਸ ਕੋਲੋਂ ਖੋਹ ਕਰਦੇ। ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ? ਇਹ ਜੀ ਸਾਰੇ ਪੁਰਾਣੇ ਕ੍ਰਿਮੀਨਲਸ ਨੇ, ਜੋ ਇਹਨਾਂ ਦਾ ਰਿਕਾਰਡ ਹਜੇ ਤੱਕ ਖੋਲਿਆ ਗਿਆ ਵਾ, ਕਰੀਬ 5-5, 6-6, 7-7 ਮੁਕੱਦਮੇ ਸਾਰਿਆਂ ਉੱਪਰ NDPS ਦੇ ਖੋਹ ਦੇ ਚੋਰੀਆਂ ਦੇ ਇਹਨਾਂ ਦੇ ਖਿਲਾਫ਼ ਜਦ ਨੇ। ਬਾਕੀ ਜੋ ਇਹਨਾਂ ਦਾ ਰਿਹਾਇਸ਼ੀ ਥਾਣਾ ਫਤਿਹਗੜ੍ਹ ਚੂੜੀਆਂ ਵਾ ਉੱਥੋਂ ਰਿਕਾਰਡ ਲਿਆ ਜਾ ਰਿਹਾ, ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਹ ਇਹਨਾਂ ਦੇ ਹੋਰ ਕਿੰਨੇ ਮੁਕੱਦਮੇ। ਹਾਂਜੀ, ਕੁਛ ਨੌਜਵਾਨ ਨਸ਼ੇ ਦੇ ਵਿਅਧੀ ਨੇ। ਇਹ ਕੁਛ ਇਹਨਾਂ ਨੇ ਸੋਨਾ ਆਪਣੇ ਕੋਲ ਹੀ ਰੱਖਿਆ ਹੋਇਆ ਸੀ, ਕੁਛ ਅੱਗੇ ਵੇਚਦੇ ਸੀ, ਜੋ ਕਿ ਅਸੀਂ ਅਜੇ ਨਾਮ ਜ਼ਾਹਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੋਰ ਵੀ ਕਾਫੀ ਰਿਕਵਰੀ ਹੈ ਉਹਨਾਂ ਤੋਂ ਕਰਨੀ ਹੈ ਤਾਂ ਕਿ ਦੋਸ਼ੀ ਸੁਚੇਤ ਨਾ ਹੋ ਜਾਣ। ਇਸ ਤੋਂ ਇਲਾਵਾ ਕੋਈ ਅਸਲੀ ਹਥਿਆਰ ਵੀ ਉਹਨਾਂ ਕੋਲ ਸੀ? ਨਹੀਂ, ਹਜੇ ਤਾਂ ਕੋਈ ਇਹ ਚੀਜ਼ ਸਾਹਮਣੇ ਨਹੀਂ ਆਈ। ਦੱਤ ਦਾ ਵੀ ਇਸਤੇਮਾਲ ਕਰਦੇ ਸਨ, ਜੋ ਇਸ ਮੁਕੱਦਮੇ 'ਚ ਪਿਸਟਲ ਦਾ ਇਸਤੇਮਾਲ ਕੀਤੇ, ਖਿਡੌਣਾ ਪਿਸਟਲ ਦਾ, ਉਹ ਬਰਾਮਦ ਕਰ ਲਿਆ ਗਿਆ ਜੀ। ਕਿੰਨੀ ਕਿੰਨੀ ਉਮਰ ਦੇ ਹੈਗੇ ਸਰ? ਇਹ ਸਾਰਿਆਂ ਦੀ ਉਮਰ ਜੀ ਕਰੀਬ 25-30-35 ਸਾਲ ਦੇ ਵਿਚਾਲੇ ਨੇ ਜੀ। ਵਿਆਹ ਵਰੇ ਨੇ? ਨਹੀਂ, ਕੋਈ ਵਿਆਹ ਹੋਇਆ, ਕੋਈ ਅਣਵਿਆਹ ਜੀ, ਹਰ ਤਰ੍ਹਾਂ ਦੇ। ਥੈਂਕ ਯੂ।